मन तू हो गया जल्दी कर। ए मित्ते ना पा दी नंगना तो इतो दी हूं कि लुकूंगा देख लो उदो का भज रहा है आओ देखो आओ चिक कोई नहीं डिक्के का तू आ ही जाना आ जिदा के तुम मिसिस स्टाइलिश का रोंदा मूह देख सकते हैं हूने हूने इन्हों ने उंगल से सेक लवाया कि उंगल सी हाँ जी सारा लै लो तुम तो मरीज की फूक देखो नाल ही अग नाल ही अग बल गई हाँ जी बस असं ये तो ही डरे पे हाँ उदा तो अं अंदर बढ़ जाना सी तो गुरलीन भी पसीने छुट रहे हैं हाँ देखो मूँह देखो साढ़े पुराने आ चुके हैं अज फाइनली इन्हों का शनिवार आ गया शनिवार आया हाँ जी शनिवार हाँ सैटरडे आ मैं तेन कहा आवे तो आ गए ठीक है बाकी अज नवे बंदे मिलाउन लगा देख लो भज गया बंदा सब तो ज्यादा डरदा कैमरे तो हम पर ध्यान परने वाल से परना बनता पे तो मैं फटाफट कैमरा खोल लिया बैड न्यूज़ से सुन लो हां जी ओहो मसी मसी भाजी होनी आए हैं ते उत्तम मैसेज आए कल कॉलेज आ जाओ रोल नंबर लेने देख लो किन्नी बैड न्यूज़ आ मैं बस फोन बंद करके हुण इन्ना अफसोस अज तरीक हो गई है 14 तरीक है उदन दे अज आए हैं जिदन आए हैं नाल ही मैसेज आ गया कॉलेज अज कल असीं भाजी नूं कॉलेज लैके जाणा ते कॉलेज दी सैर सपाटा आप ही सारा कुछ डिसाइड करी जांदे ही आ फिर बच जांदे आ तू लैके चली जाणा हो मिली ओ नहीं हो नहीं जाणा मुड़ के तो नहीं हो जाणा आ नहीं हुंदा मैं बस बस जाण वाली हां ए गब्बे खड़ा होया आ असीं कोठे ते जाण नूं काले आ रोकी ए रोकी तो डर गई है ਸਾਡੇ ਪਿੰਡ ਵੀ ਇਦਾਂ ਦੇ ਕੁੱਤਾ ਮੇਰੀ ਜ਼ਿੰਦਗੀ ਚ ਆਉਂਦਾ ਪਿੰਡ ਲੁੱਦਾਂ ਵੀ ਇਦਾਂ ਦਾ ਇੱਥੇ ਵੀ ਮੇਰੀ ਜ਼ਿੰਦਗੀ ਚ ਆਉਂਦਾ ਲੈ ਦੱਸ ਤੇ ਨਵਾਂ ਕੁੱਤਾ ਲੈ ਕੇ ਦਿੰਦੇ ਇਹਨਾਂ ਹੁਣ ਇਹਦੀ ਜ਼ਿੰਦਗੀ ਚ ਆ ਗਿਆ ਆ ਆਹ ਦੇਖੋ ਆਹ ਚਿੱਕ ਕੋਈ ਨਹੀਂ ਡਿੱਕੇ ਦਾ ਤੂੰ ਆ ਹੀ ਜਾਣਾ ਆ ਕੋਈ ਨੰਗਣਾ ਤਾਂ ਇੱਥੋਂ ਦੀ ਆ ਹੁਣ ਕਿੱਥੇ ਲੁਕੂੰਗਾ ਦੇਖ ਲਓ ਉਦੋਂ ਦਾ ਭੱਜ ਰਿਹਾ ਸੀਗਾ ਇਹ ਪਰ ਹੁਣ ਮੈਂ ਗੇਟ ਤੇ ਖੜ ਗਿਆ ਆ ਖੋਲ ਕੋਈ ਪਹਿਲਾਂ ਸਾਡਾ ਪਲਾਨ ਸੀਗਾ ਵੀ ਅਸੀਂ ਜਾਈਏ ਸੂਸਾ ਨੂੰ ਹਾਂਜੀ ਫਿਰ ਸਾਨੂੰ ਕੁਝ ਚੀਜ਼ਾਂ ਯਾਦ ਆ ਗਈਆਂ ਜਿਹਦੇ ਕਰਕੇ ਅਸੀਂ ਹੁਣ ਸਾਡੇ ਪੈ ਗਈ ਸ਼ਾਮ ਅਸੀਂ ਫੋਟੋ ਸਾਡੇ ਪੈ ਗਈ ਨਹੀਂ ਸਾਰਿਆਂ ਦੀ ਸ਼ਾਮ ਪੈ ਗਈ ਫੋਟੋ ਸਕੈਚ ਕੇ ਵੀਡੀਓ ਵਗੈਰਾ ਬਣਾ ਕੇ ਅਸੀਂ ਹੁਣ ਹੋ ਗਿਆ ਵਿਹਲੇ ਆ ਸਾਡਾ ਐਮੀ ਆ ਤੇ ਗੁਲੀਨ ਕਾਰ ਸਬਜ਼ੀ ਬਣਾਉਣ ਲੱਗੇ ਅਸੀਂ ਬਣਾਉਣ ਲੱਗੇ ਆ ਸਬਜ਼ੀ ਕਾਦੀ ਬਣਾਉਣ ਲੱਗੇ ਗੋਭੀ ਕਿੱਥੇ ਗੋਭੀ ਦੇ ਆਪਾਂ ਗੋਭੀ ਬਣਾਉਣ ਲੱਗੇ ਆ ਆ ਗੁਲੀਨ ਨੇ ਕੱਟੀ ਆ ਮੈਂ ਵਿੱਚ ਗੰਡੇ ਕੱਟੇ ਸੀਗੇ ਸੋ ਹੁਣ ਗੁਲੀਨ ਸਬਜ਼ੀ ਬਣਾਉਗੀ ਬਹੁਤ ਵੱਡਾ ਕੰਮ ਕੀਤਾ ਹਾਂ ਅਗਰ ਵੀ ਦੇਖਦਾ ਮੰਦੀ ਓਵਰ ਐਕਟਿੰਗ ਹੈ ਨਾ ਫਲੈਸ਼ ਆਨ ਕਰ ਲਈ ਨਹੀਂ ਨਹੀਂ ਰਜੇ ਰਾਣਾ ਅਮਰ ਵੀਰ ਕਿਦਾਂ ਹੈਰਾਨ ਕੀ ਨਾ ਦੇਖਦਾ ਪਿਆ ਉਹ ਸਾਰੇ ਬਦਲੀ ਗਏ ਕਿ ਆਈ ਸਮੈਲ ਤੇਲ ਦੀ ਆਉਂਦੀ ਸਮੈਲ ਆਉਂਦੀ ਮੈਨੂੰ ਨਹੀਂ ਪਤਾ ਪੈਂਦਾ ਦੋ ਕਮੈਂਟ ਹੋ ਗਏ ਨੇ ਸ਼ੈਫ ਗੁਲੀਨ ਮਾਦੇ ਪਤਾ ਯਾਰ ਕਿੰਨੇ ਪਿਆਰ ਨਾਲ ਭਾਂਡੇ ਬੁਝਾ ਆ ਦੇਖੋ ਸਾਡਾ ਸੁੱਖਾ ਤਰੀਕਾ ਭਾਂਡੇ ਬੁਝਾ ਇਹਨੂੰ ਸੁੱਕਾ ਇਹਦੇ ਵਿੱਚ ਹੀ ਕਰੀ ਜਾਓ रोटी खाइए गुलीन दे हथां दी बणी हो ते असीं रोटी पानी खा के वेले हो गए आ हुण असीं कर रहे आ
ਅੱਗ ਸਿੱਖ ਰਹੇ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਮੈਨੂੰ ਤਾਂ ਬਹੁਤ ਜ਼ਿਆਦਾ ਲੱਗਦਾ ਦੇਖੋ ਓਵਰ ਐਕਟਿੰਗ ਨਹੀਂ ਮਤਲਬ ਠੀਕ ਆ ਉਹਦਾ ਠੰਡ ਇੰਨੀ ਠੰਡ ਨਹੀਂ ਆ ਲੱਗ ਰਹੀ ਸੀ ਇੰਨੀ ਠੰਡ ਨਹੀਂ ਆ ਪਰ ਇਹਨਾਂ ਨੇ ਜ਼ਿਆਦਾ ਸ਼ੋਅ ਆਫ ਕਰਨਾ ਆ ਵੀ ਠੰਡ ਹੁਣੇ ਹੋ ਗਈ ਆ ਇਹ ਦੇਖੋ ਪੂਰੇ ਕੋਟੀਆ ਸਵੈਟਰ ਪਾਇਆ ਫੇ ਵੀ ਪਤੰਦਰ ਉਹ ਅੱਗ ਬਾਲ ਉਹ ਇਦਾਂ ਆ ਮੈਨੂੰ ਬਹੁਤ ਟਾਈਮ ਦੀ ਠੰਡ ਲੱਗਦੀ ਆ ਹੋ ਗਏ 10 ਮਹੀਨੇ ਮੈਂ ਤੁਹਾਨੂੰ ਪਤਾ ਗਰ ਸਤੰਬਰ ਦਾ ਗੀਜ਼ਰ ਦੇ ਪਾਣੀ ਨਹਾਉਂਦੀ ਆ ਸਤੰਬਰ ਦੀ ਹਾਂ ਓ ਹੋ 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 ਚੱਕ ਫੇ ਸੁਣੋ ਇਹਨਾਂ ਦੀਆਂ ਨਵੀਆਂ ਨਵੀਆਂ ਗੱਲਾਂ ਅਰੇ ਅਸੀਂ ਪੜ ਲਈ ਬੈਠੇ ਸੀਗੇ ਆ ਦੇਖੋ ਗਾਇਸ ਹਾਂਜੀ ਮਨਜੀਤ ਸੀਰੀਅਸ ਲੱਗ ਸਾਡੀ ਗੱਲ ਨੂੰ ਅਹੀ ਤਾਂ ਉਦਾਂ ਕਿਹਾ ਸੀ ਵੀ ਅੱਗ ਬਾਲ ਲੈਨੇ ਆ ਪਰ ਮੈਨੂੰ ਨਹੀਂ ਪਤਾ ਸੀ ਇੰਨੀ ਛੇਤੀ ਸਟੈਪ ਚੱਕ ਲੈਣਾ ਹਾਂਜੀ ਮੈਂ ਸਟੈਪ ਇੱਕ ਮਿੰਟ ਲਾਉਂਦੀ ਆ ਤੇ ਹੁਣ ਓਏ ਫੇਰ ਤੁਹਾਡੀ ਅੱਗ ਦੇਖੋ ਕਿੰਨੀ ਵਧੀਆ ਮੇਰੇ ਕੋਲ ਮੈਂ ਬਾਲੀ ਆ ਨਾ ਫੇਰ ਭੂਕ ਤਾਂ ਮੈਂ ਮਰੀ ਆਦਿ ਭੂਕਣਾ ਵੀ ਆ ਕਾਗਜ਼ ਤਾਂ ਮੈਂ ਹੀ ਡਾਏ ਜਿਹੜਾ ਮੈਂ ਥੱਲੇ ਦੀ ਪਾਈ ਜਾਂਦਾ ਟੁੱਕੇ ਤੱਕੇ ਜੇ ਉਹ ਤੁਸੀਂ ਕੀ ਕਿੱਥੋਂ ਪਾਉਂਦੇ ਨੇ ਐਵੇਂ ਝੂਟੀ ਮਰੀ ਜਾਂਦਾ ਆਹ ਵਾਲਾ ਮੈਂ ਪਾਇਆ ਸੀ ਫੇਰ ਬਾਹਰ ਆ ਗਿਆ ਮੈਂ ਤੁਹਾਡੇ ਤਾਂ ਬਾਹਰ ਆ ਨਾ ਦੇਖੀ ਹੁਣ ਚੜਦੀ ਤਾਂ ਹਾਂ ਮਨ ਤੂੰ ਆ ਹੋ ਗਿਆ ਜਲਦੀ ਕਰ ਇਹ ਮਿੱਤੇ ਨਾ ਪਾ ਦੀ ਜਿੱਦਾਂ ਕਿ ਤੁਸੀਂ ਮਿਸ ਸਟਾਈਲਿਸ਼ ਦਾ ਰੋਂਦਾ ਮੂੰਹ ਦੇਖ ਸਕਦੇ ਆ ਹੁਣੇ ਹੁਣੇ ਇਹਨਾਂ ਨੇ ਉਂਗਲ ਤੇ ਸੇਕ ਲਵਾਇਆ ਕਿਹੜੀ ਉਂਗਲ ਸੀ ਹਾਂਜੀ ਹੁਣੇ ਰੋਂਦੇ ਪਏ ਸੀ ਜਦੋਂ ਮੈਂ ਕੈਮਰਾ ਫੀਲ ਕਰ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਹੈ ਅੱਗ ਸਾਡੀ ਬਾਲਣ ਦੀ ਆ ਆਹ ਕੋਲ ਅਸੀਂ ਬੋਰਾ ਰੱਖਿਆ ਆ ਜਦੋਂ ਅੱਗ ਬੁਝਦੀ ਨਾਲ ਇਹਦੇ ਵਿੱਚੋਂ ਸਮਾਨ ਕੱਢ ਲਈਦਾ ਆਪਾਂ ਅੱਗ ਬਾਲਣ ਵਾਲਾ ਆਹੋ ਜਾਦੂਈ ਬੋਰਾ ਆ ਹੁਣ ਇਥੋਂ ਅੱਗ ਬੁਝ ਗਈ ਗੁੱਲੀ ਨੇ ਹੱਥ ਪਾਇਆ ਮਿਹਨਤ ਕੀਤੀ ਮੈਂ ਮਰੀਜ਼ ਤੋਂ ਫੂਕ ਵਜਾਇਆ ਕਰੀਏ ਦੇਖ ਲਾ ਇੰਨੀ ਤਕੜੀ ਫੂਕ ਕੈਮਰੇ ਤੋਂ ਤੁਸੀਂ ਕਈ ਵਾਰ ਇੰਸਟਾਗ੍ਰਾਮ ਚਲਾਉਂਦੇ ਹੋਵੋਗੇ ਜਾਂ ਵੀਡੀਓਸ ਨਹੀਂ ਸ਼ੋਅ ਹੁੰਦੀਆਂ ਹੁੰਦੀਆਂ ਬਿਫੋਰ ਆਫਟਰ ਆ ਦੇਖੋ ਬਿਫੋਰ ਆ ਹੁਣ ਆਫਟਰ ਸਲੂਨ ਜਾਣ ਤੋਂ ਬਾਅਦ ਆਫਟਰ ਆ ਹੈ ਹਾਂਜੀ ਬਸ ਅਸੀਂ ਇਹਦੇ ਤੋਂ ਹੀ ਡਰੇ ਪਏ ਆ ਉਦੋਂ ਤੁਸੀਂ ਅੰਦਰ ਵੜ ਜਾਣਾ ਸੀਗਾ ਤੇ ਗੁਰਲੀਨ ਦੇ ਵੀ ਪਸੀਨੇ ਛੁੱਟ ਰਹੇ ਆ ਆਹ ਦੇਖੋ ਮੂੰਹ ਦੇਖੋ ਹਾਂਜੀ ਤੇ ਅਸੀਂ ਪਹੁੰਚ ਚੁੱਕੇ ਆ ਹੁਣੇ ਤੈਨੂੰ ਫੋਨ ਕੀਤਾ ਸੀ ਕਿ ਅਸੀਂ ਆਉਣ ਲੱਗੇ ਆ ਆਉਣ ਲੱਗੇ ਆ ਇੱਦਾਂ ਘਰ ਦੇ ਬਾਹਰ ਆ ਕੇ ਨਾ ਸੀਗਾ ਅਸੀਂ ਆਉਣ ਲੱਗੇ ਆ ਸੋ ਹੁਣ ਨਾਲ ਹੀ ਧਮਾਕਾ ਹਾਂਜੀ ਚਲੋ ਚੱਲ ਗਿਆ